ਸਤਿ ਸ਼੍ਰੀ ਅਕਾਲ ਦੋਸਤੋ, ਮੋਡਰਨ ਐਗਰੀਕਲਚਰ ਯੂਟਿਊਬ ਚੈਨਲ ਅਤੇ ਫੇਸਬੁੱਕ ਪੇਜ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਜੀ, ਜਿਹੜੀਆਂ ਖੇਤਾਂ 'ਚ ਹੁਣ ਇਸ ਟਾਈਮ 'ਤੇ ਬਿਮਾਰੀਆਂ ਬਹੁਤ ਹੀ ਜ਼ਿਆਦਾ ਹਾਵੀ ਹੋ ਚੁੱਕੀਆਂ ਨੇ, ਕਿਉਂਕਿ ਕੁਝ ਦਿਨ ਆਪਣਾ ਲੋਕਡਾਊਨ ਕਰਕੇ ਜਿਹੜੀ ਪਰਮਿਸ਼ਨ ਸਾਨੂੰ ਨਹੀਂ ਸੀ ਘਰ ਤੋਂ ਬਾਹਰ ਆਉਣ ਦੀ, ਤਾਂ ਉਸ ਕਰਕੇ ਜਿਹੜੇ ਸਾਡੇ ਖੇਤਾਂ ਵਿੱਚ ਆਪਣੇ ਕੋਈ ਗੇੜੇ ਨਹੀਂ ਮਾਰੇ ਗਏ, ਤਾਂ ਸਾਨੂੰ ਕਿਹੜੀਆਂ ਕਿਹੜੀਆਂ ਬਿਮਾਰੀਆਂ 'ਚ ਦਿੱਕਤ ਆ ਰਹੀ ਹੈ, ਕਿਹੜੀਆਂ ਕਿਹੜੀਆਂ ਫਸਲਾਂ 'ਚ ਕਿਹੜੀਆਂ ਕਿਹੜੀਆਂ ਬਿਮਾਰੀਆਂ ਸਾਡੇ ਆ ਚੁੱਕੀਆਂ ਨੇ। ਆਉਣ ਦੀ ਗੱਲ ਤਾਂ ਦੂਰੇ ਆ ਚੁੱਕੀਆਂ ਨੇ, ਕਿਉਂਕਿ ਮੈਂ ਇਹ ਸਾਰੇ ਖੇਤ ਨੂੰ ਘੁੰਮ ਕੇ ਦੇਖਿਆ ਜੀ, ਕਾਫੀ ਸਾਰੀਆਂ ਦਿੱਕਤਾਂ ਦਾ ਹੁਣ ਆਪਾਂ ਨੂੰ ਸਾਹਮਣਾ ਕਰਨਾ ਪੈ ਸਕਦਾ ਜੀ। ਮੈਨੂੰ ਜ਼ਿਆਦਾ ਕਰਨਾ ਪੈ ਸਕਦਾ ਹੈ, ਕਿਉਂਕਿ ਮੈਂ ਇਹ ਕੈਮੀਕਲ ਦੀ ਵਰਤੋਂ ਨਹੀਂ ਕਰਦਾ, ਮੈਂ ਸਾਰਾ ਕੁਝ ਬਾਇਓਲੋਜੀਕਲ ਤਰੀਕੇ ਨਾਲ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦਾ ਜੀ। ਤਾਂ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਅੱਜ ਦੇ ਹਾਲਾਤਾਂ ਬਾਰੇ ਥੋੜ੍ਹੀ ਜਿਹੀ, ਜਿੰਨੀ ਕੁ ਮੈਂ ਕਰਨਾ ਉਚਿਤ ਸਮਝਦਾ, ਕਿ ਜੇ ਤਾਂ ਸਾਨੂੰ ਬਹੁਤ ਹੀ ਜ਼ਿਆਦਾ ਜ਼ਰੂਰੀ ਕੰਮ ਹੈ, ਜਿਸ ਦੇ ਨਾਲ ਜਿਸ ਤੋਂ ਬਿਨਾਂ ਸਾਡਾ ਕੰਮ ਜਿਹੜਾ ਉਹ ਚੱਲ ਨਹੀਂ ਸਕਦਾ, ਤੁਸੀਂ ਘਰ ਤੋਂ ਬਾਹਰ ਫੇਰ ਹੀ ਨਿਕਲੋ ਜੀ। ਮੈਂ ਵੀ ਅੱਜ 3-4 ਦਿਨਾਂ ਬਾਅਦ ਘਰ ਤੋਂ ਬਾਹਰ ਨਿਕਲਿਆ, ਕਿਉਂਕਿ ਸਾਨੂੰ ਕੁਝ ਕਿਸਾਨਾਂ ਨੂੰ ਥੋੜ੍ਹੀ ਜਿਹੀ ਰਾਹਤ ਮਿਲ ਚੁੱਕੀ ਹੈ, ਅਤੇ ਅੱਜ ਸਾਡੀਆਂ ਕੈਮੀਕਲ ਅਤੇ ਪੈਸਟੀਸਾਈਡ ਵਾਲੀਆਂ ਜਿਹੜੀਆਂ ਦੁਕਾਨਾਂ ਉਹ ਵੀ ਡਿਲੀਵਰੀ ਕਰਨ ਲੱਗ ਜਾਣਗੀਆਂ ਜੀ। ਤੁਹਾਨੂੰ ਜਿਹੜੀ ਦਵਾਈਆਂ ਵਗੈਰਾ ਜਿਹੜੀਆਂ ਚਾਹੀਦੀਆਂ ਜੀ, ਕੀਟਨਾਸ਼ਕ ਜਾਂ ਫੰਗੀਸਾਈਡ ਜਿਹੜੇ ਚਾਹੀਦੇ ਨੇ, ਤਾਂ ਇਸ ਕਰਕੇ ਕਿਸਾਨਾਂ ਨੂੰ ਅੱਜ ਥੋੜ੍ਹੀ ਜਿਹੀ ਰਾਹਤ ਮਿਲੀ ਹੈ, ਕਿਉਂਕਿ ਉਹ ਆਪਣੇ ਕੰਮ ਧੰਦੇ 'ਚ ਆ ਕੇ ਦੇਖ ਸਕਦੇ ਨੇ, ਕਿਉਂਕਿ ਪਸ਼ੂਆਂ ਲਈ ਚਾਰਾ ਵਗੈਰਾ ਲੈਣ ਤਾਂ ਪਹਿਲਾਂ ਵੀ ਚਲੋ ਥੋੜ੍ਹਾ ਟਾਈਮ ਲਈ ਆਈਦਾ ਸੀ, ਪਰ ਹੁਣ ਸਾਨੂੰ ਦਿੱਕਤ ਜਿਹੜੀਆਂ ਸਾਹਮਣਾ ਕਰਨਾ ਪੈ ਰਿਹਾ, ਕਿਉਂਕਿ ਬਰਸਾਤ ਸਾਡੇ ਮੇਰੇ ਅੰਮ੍ਰਿਤਸਰ ਏਰੀਏ 'ਚ ਬਹੁਤ ਜ਼ਿਆਦਾ ਹੋ ਗਈ ਹੈ ਜੀ। ਤਾਂ ਟਮਾਟਰਾਂ 'ਚ ਸਾਨੂੰ ਫਿਜ਼ੋਰੀਅਮ ਵਿਲਟ ਜਾਂ ਵਰਟੀਸੀਲੀਅਮ ਵਿਲਟ ਵਗੈਰੀਆਂ ਦੀ ਪ੍ਰੋਬਲਮ ਜਿਹੜੀਆਂ ਬਹੁਤ ਜ਼ਿਆਦਾ ਆ ਗਈਆਂ ਜੀ, ਕਿਉਂਕਿ ਬੂਟੇ ਦੇ ਬੂਟੇ ਖਰਾਬ ਹੋ ਰਹੇ ਆ। ਸੁੰਡੀ ਦੀ ਦਿੱਕਤ ਆ ਗਈ ਹੈ ਜੀ ਕੱਦੂਆਂ 'ਚ, ਭਿੰਡੀ ਵਿੱਚ ਸੁੰਡੀ ਦੀ ਦਿੱਕਤ ਆ ਗਈ ਹੈ ਜੀ, ਮੱਛਰ ਦੀ ਦਿੱਕਤ ਆ ਗਈ ਹੈ। ਇਹਨਾਂ ਸਾਰਿਆਂ ਟੋਪਿਕਾਂ ਨੂੰ ਆਪਾਂ ਕਵਰ ਕਰਾਂਗੇ ਜੀ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਭਿੰਡੀ ਦੀ ਫਸਲ 'ਚ। ਭਿੰਡੀ ਦੀ ਫਸਲ 'ਚ ਸਾਨੂੰ ਜਿਹੜੀ ਦਿੱਕਤ ਆ ਰਹੀ ਹੈ ਜੀ, ਸੁੰਡੀ ਹਰੀ ਦੀ ਅਤੇ ਮੱਛਰ ਦੀ ਦਿੱਕਤ ਆ ਰਹੀ ਹੈ, ਉਸ ਲਈ ਅਸੀਂ ਕੀ ਕਰਦੇ ਜੀ ਵਰਟੀਸੀਲੀਅਮ ਲੀਕਾਨੀ ਇੱਕ ਹੈਗਾ ਜੀ ਸਾਡਾ, ਉਹ ਹਰ ਤਰ੍ਹਾਂ ਦਾ ਮੱਛਰ, ਤੇਲਾ ਅਤੇ ਵਾਈਟ ਫਲਾਈ ਵਗੈਰਾ ਹਰ ਚੀਜ਼ ਨੂੰ ਜਿਹੜਾ ਉਹ ਖਤਮ ਕਰ ਦਿੰਦਾ ਹੈ ਜੀ, ਉਹ ਇੱਕ ਬਾਇਓਲੋਜੀਕਲ ਦਵਾਈ ਹੈ। ਅਤੇ ਬਿਵੇਰੀਆ ਬੇਸੀਅਨ ਹੈ ਜਿਹੜੀ ਉਹ ਹਰ ਤਰ੍ਹਾਂ ਦੀ ਸੁੰਡੀ ਨੂੰ ਮਾਰਨ ਦੇ ਵਿੱਚ ਸਕਸ਼ਮ ਹੈ ਜੀ, ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸੁੰਡੀ ਹੋਵੇ, ਇਹ ਤੁਸੀਂ ਬਾਇਓਲੋਜੀਕਲ ਦਵਾਈਆਂ ਜੇ ਵਰਤਣੀਆਂ ਤੁਸੀਂ ਇਹ ਦੋਵੇਂ ਵਰਤ ਸਕਦੇ ਹੋ। ਤਾਂ ਜੇ ਤੁਸੀਂ ਕੈਮੀਕਲ ਦਵਾਈ ਦੀ ਵਰਤੋਂ ਕਰ ਰਹੀ ਹੈ, ਤੁਸੀਂ ਮੱਛਰ ਤੇਲੇ ਲਈ ਮੀਡਾ ਕੋਲੋਪਿਡ ਵਰਤ ਲਓ ਜਾਂ ਥਾਇਓ ਵਰਤ ਲਓ ਜਾਂ ਹੋਰ ਅਨੇਕਾਂ ਸਾਲਟ ਆਉਂਦੇ ਨੇ, ਸੁੰਡੀ ਲਈ ਤੁਸੀਂ ਐਮਾਮੈਕਟਿਨ ਵਰਤ ਸਕਦੇ ਹੋ, ਕਈ ਤਾਂ 505 ਦੀ ਵਰਤੋਂ ਵੀ ਕਰਦੇ ਆ ਜਦੋਂ ਕਲੋਰੋਸਾਈਪਰਫੋਸ ਵਗੈਰਾ ਸਾਲਟ, ਕਾਫੀ ਸਾਲਟ ਆਉਂਦੇ ਨੇ ਸੁੰਡੀ ਲਈ, ਕੋਰਾਜਨ ਦੀ ਵਰਤੋਂ ਵੀ ਕਰਦੇ ਨੇ। ਤੁਸੀਂ ਜਿਹੜੀ ਚੀਜ਼ ਦੀ ਵਰਤੋਂ ਕਰਨੀ ਹੈ ਜੀ ਕੈਮੀਕਲ 'ਚ, ਤੁਹਾਨੂੰ ਸਲਾਹਾਂ ਜ਼ਿਆਦਾ ਹੀ ਮਿਲ ਜਾਣਗੀਆਂ, ਮੈਂ ਤੁਹਾਨੂੰ ਬਾਇਓਲੋਜੀਕਲ ਬਾਰੇ ਦੱਸ ਸਕਦਾ, ਕਿਉਂਕਿ ਮੈਂ ਕੈਮੀਕਲ ਦੀ ਵਰਤੋਂ ਨਹੀਂ ਕਰ ਰਿਹਾ। ਅਤੇ ਨੰਬਰ 2 ਕੱਦੂ ਜਾਤੀ 'ਚ ਸਾਨੂੰ ਜਿਹੜੀ ਦਿੱਕਤ ਆ ਰਹੀ ਹੈ ਜੀ, ਉਹ ਵੀ ਇਕੱਲੀ ਸੁੰਡੀ ਦੀ ਆ ਰਹੀ, ਕਿਉਂਕਿ ਮੱਛਰ ਦਾ ਜ਼ਿਆਦਾ ਜਿਹੜਾ ਕੱਦੂ ਜਾਤੀ ਨੂੰ ਕੋਈ ਨੁਕਸਾਨ ਨਹੀਂ ਕਰਦਾ, ਤਾਂ ਉਸ ਦੇ ਲਈ ਵੀ ਤੁਸੀਂ ਜਿਹੜੀਆਂ ਇਹ ਦਵਾਈਆਂ ਤੁਹਾਨੂੰ ਪਹਿਲਾਂ ਦੱਸੀਆਂ ਜੀ ਵਰਤ ਸਕਦੇ ਹੋ। ਹੁਣ ਗੱਲ ਕਰਦੇ ਹਾਂ ਜੀ ਟਮਾਟਰ ਦੀ। ਸਭ ਤੋਂ ਭਿਅੰਕਰ ਜਿਹੜੀ ਬਿਮਾਰੀ ਲੱਗਦੀ ਹੈ ਜੀ ਟਮਾਟਰ ਨੂੰ, ਜਿਸ ਦੇ ਨਾਲ ਟਮਾਟਰ ਪੂਰੀ ਤਰ੍ਹਾਂ ਖਰਾਬ ਹੋ ਜਾਂਦਾ ਹੈ ਜੀ, ਉਹ ਜੀ ਵਰਟੀਸੀਲੀਅਮ ਵਿਲਟ ਵਗੈਰਾ ਹੁੰਦੀ ਹੈ, ਫਜ਼ੂਰੀਅਮ ਵਿਲਟ ਜਿਹੜੀਆਂ ਬਿਮਾਰੀਆਂ ਆਉਂਦੀਆਂ ਜੀ, ਉਸ ਦੇ ਨਾਲ ਜਿਹੜੇ ਨੀਚੇ ਵਾਲੇ ਪੱਤੇ ਆ ਸਾਡੇ, ਉੱਤੋਂ ਜਿਹੜਾ ਟਮਾਟਰ ਖਰਾਬ ਹੋਣਾ ਸ਼ੁਰੂ ਹੁੰਦਾ ਅਤੇ ਟਾਹਣੀਆਂ ਦੇ ਉੱਪਰ ਕਾਲੇ ਕਾਲੇ ਧੱਬੇ ਦਾਗ ਟਾਈਪ ਪੈ ਜਾਂਦੇ ਨੇ, ਤਾਂ ਇਹ ਮੈਨੂੰ ਅੱਜ ਮੈਂ ਵੀ ਆਪਣੇ ਖੇਤਾਂ 'ਚ ਆਇਆ ਸੀ ਅਤੇ ਮੈਨੂੰ ਵੀ ਇਹ ਦਿੱਕਤ ਦੇਖਣ ਨੂੰ ਮਿਲੀ ਆ। ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਟ੍ਰਾਈਕੋਡਰਮਾ ਅਤੇ ਸੂਡੋਮੋਨਾਸ ਦਾ ਜਿਹੜਾ ਮਿਕਸਚਰ ਮੈਂ ਬਣਾਇਆ ਹੋਇਆ ਸੀ, ਮਲਟੀਪਲਾਈ ਕਰ ਲਈ ਉਸਨੂੰ ਰੱਖਿਆ ਸੀ, ਤਾਂ ਉਸ ਦੀ ਮੈਂ ਸਪਰੇਅ ਆ ਜਿਹੜੀ ਉਹ ਕਰ ਰਿਹਾ, ਤਾਂ ਮੈਂ ਕੋਸ਼ਿਸ਼ ਇਹੀ ਕਰਾਂਗਾ ਕਿ ਮੈਂ ਇਸ ਦਾ ਬਾਇਓਲੋਜੀਕਲ ਤਰੀਕੇ ਨਾਲ ਹੀ ਕੰਟਰੋਲ ਕਰਾਂ, ਪਰ ਜੇ ਸਿਚੁਏਸ਼ਨ ਆਊਟ ਆਫ ਕੰਟਰੋਲ ਹੁੰਦੀ ਜਾਪਦੀ ਹੈ, ਤਾਂ ਫਿਰ ਇੱਕ ਜਿਹੜਾ ਆਪਣਾ ਕੁਦਰਤੀ ਇੱਕ ਫਾਰਮੂਲਾ ਹੁੰਦਾ ਹੈ ਜੀ, ਉਸਨੂੰ ਮੈਂ ਬਣਾਉਣ ਦੀ ਕੋਸ਼ਿਸ਼ ਕਰ ਰਿਹਾ, ਪਰ ਮੈਂ ਲੇਟ ਹੋ ਗਿਆ ਜੀ ਉਸਨੂੰ ਬਣਾਉਣ, ਕਿਉਂਕਿ 10 ਤੋਂ 15 ਦਿਨ ਲੈ ਜਾਂਦਾ ਹੈ। ਹੁਣ ਇਸ ਦੀ ਸਿਚੁਏਸ਼ਨ ਬਾਰੇ ਮੈਂ ਤੁਹਾਨੂੰ ਅੱਗੇ ਵੀ ਵੀਡੀਓ ਬਣਾ ਕੇ ਦੱਸਦਾ ਰਹਾਂਗਾ ਵੀ ਕੀ ਸਾਡੀ ਜਿਹੜੀ ਕੰਡੀਸ਼ਨ ਸਾਡੀ ਫਸਲ ਦੀ ਕ੍ਰੋਪ ਦੀ ਕੀ ਹੈ ਜੀ, ਉਸਨੂੰ ਆਪਾਂ ਕਿਸ ਤਰ੍ਹਾਂ ਸੰਭਾਲਣਾ। ਤਾਂ ਜੇ ਤਾਂ ਤੁਸੀਂ ਇਸ 'ਤੇ ਵਰਤੋਂ ਕਰਨੀ ਹੈ ਜੀ ਬਾਇਓਲੋਜੀਕਲ ਦੀ, ਤੁਸੀਂ ਟ੍ਰਾਈਕੋਡਰਮਾ ਅਤੇ ਸੂਡੋਮੋਨਾਸ ਦੀ ਵਰਤੋਂ ਕਰ ਸਕਦੇ ਹੋ। ਤਾਂ ਮੈਂ ਤੁਹਾਨੂੰ ਪੌਦੇ ਵੱਲ ਕਰਕੇ ਵੀ ਦਿਖਾਵਾਂਗਾ ਜੀ ਕਿ ਕੀ ਦਿੱਕਤ ਕੀ ਆ ਰਹੀ ਹੈ ਪੌਦੇ ਨੂੰ, ਅਤੇ ਇਹ ਬਿਮਾਰੀ ਜਿਹੜੀ ਇਹ ਕਿਸ ਤਰ੍ਹਾਂ ਬੂਟੇ ਨੂੰ ਖਰਾਬ ਕਰਦੀ, ਮੇਨਲੀ ਇਸਨੂੰ ਝੁਲਸ ਰੋਗ ਵੀ ਕਹਿ ਦਿੰਦੇ ਨੇ।
ਜੇ ਤੁਸੀਂ ਕੈਮੀਕਲ ਦੀ ਵਰਤੋਂ ਕਰਨੀ ਹੈ ਤਾਂ ਇਸੇ ਹੁਣ ਨੋਰਮਲ ਜਿਹੜਾ ਕੈਮੀਕਲ ਫੰਗੀਸਾਈਡ ਉਹ ਆਪਣਾ ਕੰਮ ਨਹੀਂ ਕਰੇਗਾ, ਜਿਵੇਂ ਆਪਾਂ ਕਾਰਬਨ ਡਾਈਮੈਨਕੋਜ ਵਗੈਰਾ ਸਾਲਟ ਵਰਤਦੇ ਹਾਂ, ਇਹ ਕੰਮ ਨਹੀਂ ਕਰਨਗੇ। ਇਸ 'ਤੇ ਥੋੜ੍ਹੇ ਜਿਹੇ ਸਾਲਟ ਆਪਾਂ ਨੂੰ ਹਾਇਰ ਮਾਰਨੇ ਪੈਣਗੇ। ਤਾਂ ਜਾਂ ਤਾਂ ਤੁਸੀਂ ਰਿਡੋਮਿਲ ਗੋਲਡ ਵਗੈਰਾ ਦੀ ਵਰਤੋਂ ਕਰ ਸਕਦੇ, ਜਿਸ ਮੈਟਲ ਐਕਸਲ ਜਾਂ ਮੈਨਕੋਜ ਵਗੈਰਾ ਸਾਲਟ ਹੁੰਦਾ ਹੈ, ਜਾਂ ਇਕੁਏਸ਼ਨ ਪ੍ਰੋ ਇੱਕ ਆਉਂਦੀ ਹੈ ਜੀ ਦਵਾਈ, ਉਹ ਵੀ ਬਹੁਤ ਵਧੀਆ ਹੈ। ਕੈਬਰੀਓਟੋਪ ਬਹੁਤ ਵਧੀਆ ਹੈ। ਤੁਸੀਂ ਜਿਹੜੀ ਵੀ ਚੀਜ਼ ਦੀ ਤੁਸੀਂ ਵਰਤੋਂ ਕਰਨੀ ਹੈ, ਤੁਸੀਂ ਆਪਣੇ ਹਿਸਾਬ ਦੇ ਨਾਲ ਵਰਤੋਂ ਕਰਨੀ ਹੈ ਦਵਾਈ ਦੀ। ਮੈਂ ਤੁਹਾਨੂੰ ਸਿਰਫ ਦੱਸ ਰਿਹਾ, ਕਿਉਂਕਿ ਆਉਣ ਵਾਲੇ ਦਿਨ ਜਿਵੇਂ ਹੁਣ ਬਰਸਾਤ ਹੋ ਕੇ ਹਟੀ ਹੈ ਤਾਂ ਬਿਮਾਰੀਆਂ ਜਿਹੜੀਆਂ ਇਹ ਘਟਣੀਆਂ ਨਹੀਂ ਵਧਣੀਆਂ ਆ। ਜਿਵੇਂ ਆਪਣੀ ਕਣਕ ਦੀ ਵਢਾਈ ਸ਼ੁਰੂ ਹੋਏਗੀ ਤਾਂ ਜਿੰਨੇ ਵੀ ਕੀਟ ਹੈਗੇ ਆ ਉਹ ਸਾਰੇ ਆਪਣੀਆਂ ਸਬਜ਼ੀਆਂ ਦੀਆਂ ਫਸਲਾਂ ਦੇ ਉੱਪਰ ਹੀ ਹਮਲਾ ਕਰਨਗੇ, ਅਤੇ ਤੁਹਾਨੂੰ ਪਹਿਲਾਂ ਇਸ ਦੇ ਲਈ ਪ੍ਰਪੇਅਰ ਰਹਿਣਾ ਪਵੇਗਾ, ਕਿਉਂਕਿ ਇਹ ਜਿਹੜੀਆਂ ਤੁਸੀਂ ਦਿੱਕਤਾਂ ਦਾ ਤੁਸੀਂ ਸਾਹਮਣਾ ਨਾ ਕਰੋ। ਤਾਂ ਮੈਂ ਤੁਹਾਨੂੰ ਜਿੰਨੀ ਕੁ ਜਾਣਕਾਰੀ ਮੈਂ ਤੁਹਾਨੂੰ ਇਸ ਬਾਰੇ ਦੇ ਸਕਦਾ ਜੀ, ਮੈਂ ਤੁਹਾਨੂੰ ਜਾਣਕਾਰੀ ਦੇਣਾ ਰਹਿੰਦਾ, ਪਰ ਹੁਣ ਮਾਹੌਲ ਕੁਛ ਐਸਾ ਚੱਲ ਰਿਹਾ ਜਿਸ ਦੇ ਨਾਲ ਮੈਂ ਵੀ ਜ਼ਿਆਦਾਤਰ ਘਰੋਂ ਬਾਹਰ ਨਹੀਂ ਆ ਸਕਦਾ, ਅਤੇ ਜਿਹੜੀ ਸਬਜ਼ੀਆਂ ਦੀ ਜਾਣਕਾਰੀ ਹੈ ਉਹ ਤੁਹਾਨੂੰ ਪੌਦੇ ਵੱਲ ਵਿਖਾ ਕੇ ਹੀ ਜ਼ਿਆਦਾ ਦੱਸਿਆ ਜਾ ਸਕਦਾ ਕਿ ਇਸ ਨੂੰ ਕਿਸ ਤਰ੍ਹਾਂ ਦੀ ਜਿਹੜੀ ਦਿੱਕਤ ਆਈ ਹੈ। ਤਾਂ ਅੱਜ ਮੇਰੇ ਜਿਹੜੇ ਟਮਾਟਰ ਦੇ ਪੌਦੇ ਨੇ ਉਹ 42 ਦਿਨ ਦੇ ਹੋ ਗਏ ਨੇ ਜੀ, ਫਲਾਵਰਿੰਗ ਉਹਨਾਂ ਦੀ ਹੋ ਗਈ ਹੈ ਬਹੁਤ ਵਧੀਆ, ਪਰ ਜਿਹੜੀ ਇਹ ਪ੍ਰੋਬਲਮ ਆ ਰਹੀ ਹੈ, ਦਿੱਕਤ ਆ ਰਹੀ ਹੈ, ਉਸ ਬਾਰੇ ਵੀ ਤੁਹਾਨੂੰ ਦੱਸ ਦਿੱਤਾ। ਤੁਸੀਂ ਥੋੜ੍ਹਾ ਜਿਹਾ ਜੇ ਕਿਸੇ ਕੋਲ ਪਰਮਿਸ਼ਨ ਲੈ ਕੇ ਜਾਣੀ ਤਾਂ ਪਰਮਿਸ਼ਨ ਲੈ ਕੇ ਜਾਓ। ਵੈਸੇ ਤਾਂ ਕਿਸਾਨਾਂ ਨੂੰ ਅਤੇ ਉਹਨਾਂ ਦੇ ਕਾਮਿਆਂ ਨੂੰ ਇੰਨੀ ਕੁ ਸਰਕਾਰ ਨੇ ਛੂਟ ਦਿੱਤੀ ਹੋਈ ਹੈ ਕਿ ਉਹ ਆਪਣੇ ਜਾ ਕੇ ਆਪਣਾ ਕੰਮ ਧੰਦਾ ਉਹ ਦੇਖ ਸਕਦੇ ਨੇ। ਤਾਂ ਤੁਸੀਂ ਜਾ ਕੇ ਦੇਖੋ, ਜੇ ਤੁਹਾਨੂੰ ਪੈਸਟੀਸਾਈਡ ਜਾਂ ਇਨਸੈਕਟੀਸਾਈਡ ਜਿਸ ਦੀ ਵੀ ਜ਼ਰੂਰਤ ਪੈਂਦੀ ਹੈ, ਜਿਸ ਰਿਟੇਲਰ ਕੋਲੋਂ ਜਾਂ ਡੀਲਰ ਕੋਲੋਂ ਤੁਸੀਂ ਲੈਂਦੇ ਹੋ, ਉਸਨੂੰ ਕਾਲ ਕਰੋ ਅਤੇ ਉਹ ਤੁਹਾਨੂੰ ਜਿਹੜੀ ਉਹ ਪ੍ਰੋਵਾਈਡ ਕਰਵਾ ਦੇਵੇ, ਕਿਉਂਕਿ ਗੌਰਮੈਂਟ ਨੇ ਜਿਹੜੀਆਂ ਗਾਈਡਲਾਈਨ ਇਸ਼ੂ ਕਰ ਦਿੱਤੀਆਂ ਨੇ। ਮੇਰੇ ਕੋਲ ਉਹਨਾਂ ਦੀਆਂ ਫੋਟੋ ਕਾਪੀਜ਼ ਵੀ ਹੈਗੀਆਂ ਨੇ ਵੀ ਜਿਹੜੇ ਤੁਹਾਨੂੰ ਦੁਕਾਨਦਾਰ ਆ ਤੁਹਾਨੂੰ ਹੋਮ ਡਿਲੀਵਰੀ ਦੇਣਗੇ ਜੀ, ਮੈਡੀਸਿਨ ਵਗੈਰਾ ਜਿਹੜੀ ਤੁਹਾਨੂੰ ਇਨਸੈਕਟੀਸਾਈਡ ਪੈਸਟੀਸਾਈਡ ਜੋ ਵੀ ਚਾਹੀਦਾ ਉਸ ਚੀਜ਼ ਦੀ ਤੁਹਾਨੂੰ ਡਿਲੀਵਰੀ ਮਿਲੇਗੀ ਕਿਸਾਨਾਂ ਨੂੰ। ਤਾਂ ਹੁਣ ਤੁਸੀਂ ਪ੍ਰਪੇਅਰ ਰਹਿਣਾ ਜੀ, ਕਿਉਂਕਿ ਗਾਈਡਲਾਈਨਾਂ ਚੇਂਜ ਵੀ ਹੋ ਸਕਦੀਆਂ। ਜੇ ਜਿਹੜੀ ਸਿਚੁਏਸ਼ਨ ਹੈ ਹੋਰ ਥੋੜ੍ਹੀ ਜਿਹੀ ਖਰਾਬ ਹੁੰਦੀ ਜਾਪੇ, ਤਾਂ ਤੁਸੀਂ ਥੋੜ੍ਹਾ ਜਿਹਾ ਸਟੋਕ ਆਪਣੇ ਕੋਲੋਂ ਜੇ ਲੈ ਕੇ ਰੱਖਣਾ ਚਾਹੋ ਤਾਂ ਇੱਕ ਇੱਕ ਚੀਜ਼ ਦਾ ਸਟੋਕ ਆਪਣੇ ਕੋਲ ਲੈ ਕੇ ਰੱਖ ਸਕਦੇ ਹੋ। ਤੁਸੀਂ ਕੈਮੀਕਲ ਦੀ ਵਰਤੋਂ ਕਰਨੀ ਹੈ, ਕੈਮੀਕਲ ਲੈ ਕੇ ਰੱਖ ਸਕਦੇ ਹੋ। ਤੁਸੀਂ ਬਾਇਓਲੋਜੀਕਲ ਦੀ ਵਰਤੋਂ ਕਰਨੀ ਹੈ, ਤੁਹਾਨੂੰ ਮੈਂ ਬਾਇਓਲੋਜੀਕਲ ਵੀ ਦੱਸਦਾ ਜੀ ਕਿ ਉਹ ਵੀ ਤੁਸੀਂ ਆਪਣੇ ਕੋਲ ਲੈ ਕੇ ਰੱਖ ਸਕਦੇ ਹੋ। ਤਾਂ ਹੁਣ ਮੈਂ ਤੁਹਾਨੂੰ ਪੌਦੇ ਵੱਲ ਕਰਕੇ ਦਿਖਾਉਣਾ ਹੈ ਜੀ। ਤਾਂ ਜੇ ਤੁਹਾਡਾ ਇਸ ਸੰਬੰਧੀ ਕਿਸੇ ਦਾ ਵੀ ਕੋਈ ਸਵਾਲ ਹੋਵੇ ਜਾਂ ਕੋਈ ਸੁਝਾਅ ਹੋਵੇ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ ਜੀ। ਅਤੇ ਮੈਂ ਤੁਹਾਨੂੰ ਪੌਦੇ ਵੱਲ ਕਰਕੇ ਦਿਖਾਉਣਾ ਕਿ ਕਿਸ ਤਰ੍ਹਾਂ ਦੀਆਂ ਦਿੱਕਤਾਂ ਜਿਹੜੀਆਂ ਸਾਨੂੰ ਫੇਸ ਆ ਰਹੀਆਂ ਜੀ। ਇਹ ਸਿਰਫ ਉਹਨਾਂ ਬੂਟਿਆਂ ਨੂੰ ਹੀ ਆ ਰਹੀਆਂ ਨੇ ਜਿਹੜੇ ਬੂਟੇ ਕੁਝ ਕੁਝ ਕਮਜ਼ੋਰ ਆ, ਜਿਹੜੇ ਬੂਟੇ ਆਪਣੇ ਮਤਲਬ ਪੂਰੀ ਤਰ੍ਹਾਂ ਗਰੋਥ ਉਹਨਾਂ ਦੀ ਪ੍ਰੋਪਰ ਤਰੀਕੇ ਨਾਲ ਹੋਈ ਹੈ, ਉਹਨਾਂ 'ਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਆਈ। ਇਸ ਦਾ ਮਤਲਬ ਹੈ ਕਿ ਫੰਗਸ ਦੇ ਸਪੋਰ ਸਾਡੇ ਜਿਹੜੇ ਉਹ ਇਹ ਸੋਇਲ ਬੋਰਨ ਡਿਜ਼ੀਜ਼ ਹੈ, ਇਹ ਜ਼ਮੀਨ ਦੇ ਵਿੱਚੋਂ ਹੀ ਪੈਦਾ ਹੋਏ ਆ, ਤਾਂ ਉਹ ਥੋੜ੍ਹਾ ਬਹੁਤਾ ਕਿਸੇ ਚੀਜ਼ ਦੇ ਨਾਲ ਉਹ ਅਟੈਚ ਹੋ ਕੇ ਤਾਂ ਉੱਪਰ ਆ ਗਏ ਨੇ, ਜਾਂ ਉਹ ਜਿਹੜੀ ਸਟੈਮ ਹੁੰਦੀ ਹੈ ਜੀ ਉਸ ਦੇ ਥਰੂ ਆਏ ਨੇ। ਤਾਂ ਕੁਝ ਪੌਦੇ ਬਹੁਤ ਵਧੀਆ ਨੇ ਜੀ, ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਈ, ਕੁਝ ਪੌਦੇ ਨੂੰ ਦਿੱਕਤ ਆਈ ਹੈ ਮੈਂ ਤੁਹਾਨੂੰ ਦਿਖਾਉਣਾ ਜੀ, ਤੁਸੀਂ ਦੇਖ ਲਿਓ। ਤਾਂ ਇਸ ਸੰਬੰਧੀ ਜੇ ਤੁਹਾਡਾ ਕੋਈ ਸਵਾਲ ਹੋਵੇ ਤਾਂ ਤੁਹਾਡਾ ਕੋਈ ਸੁਝਾਅ ਹੋਵੇ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ ਜੀ। ਮੋਰਟਨ ਐਗਰੀਕਲਚਰ ਚਾਹਲ ਵੈਜੀਟੇਬਲ ਫਾਰਮ ਦਾ ਜਿਹੜਾ ਫੇਸਬੁੱਕ ਪੇਜ ਹੈ ਜੀ, ਤੁਸੀਂ ਉਸ 'ਤੇ ਜਾਓਗੇ, ਉਸ 'ਤੇ ਵਟਸਐਪ ਦਾ ਇੱਕ ਆਈਕਨ ਹੈ, ਉਸ 'ਤੇ ਕਲਿੱਕ ਕਰੋਗੇ ਤਾਂ ਤੁਸੀਂ ਸਿੱਧਾ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਜੀ। ਬਹੁਤ ਵੀਰ ਮੇਰੇ ਕੋਲ ਮੇਰਾ ਫੋਨ ਨੰਬਰ ਵਗੈਰਾ ਮੰਗਦੇ ਨੇ, ਤੁਸੀਂ ਉਸ 'ਤੇ ਕਲਿੱਕ ਕਰੋਗੇ ਜਰੂਰ ਤਾਂ ਤੁਸੀਂ ਸਿੱਧਾ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਜੀ। ਇਸ ਤੋਂ ਅੱਗੇ ਮੈਂ ਹੋਰ ਵੀ ਇੱਕ ਦੋ ਵੀਡੀਓ ਬਣਾਉਣ ਜਾ ਰਿਹਾ ਜੀ। ਤਾਂ ਹੁਣ ਜਿਵੇਂ ਆਪਣੀ ਫਲਾਵਰਿੰਗ ਜਿਹੜੀ ਸ਼ੁਰੂ ਹੋਈ ਚੁੱਕੀ ਹੈ ਜੀ, ਫਲਾਵਰਿੰਗ ਦੀ ਸਟੇਜ 'ਤੇ ਆਪਾਂ ਨੂੰ ਕਿਹੜਾ ਕਿਹੜਾ ਕੰਮ ਕਰਨਾ ਪੈਣਾ, ਜ਼ਰੂਰੀ ਹੈ ਉਹ ਫਲਾਵਰਿੰਗ ਨੂੰ ਇਨਕਰੀਜ਼ ਕਰਨ ਲਈ, ਉਹਨੂੰ ਬੂਸਟ ਕਰਨ ਲਈ, ਤਾਂ ਉਹ ਵੀ ਆਪਾਂ ਅਗਲੀ ਵੀਡੀਓ 'ਚ ਗੱਲ ਕਰਾਂਗੇ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਂ ਤੁਹਾਨੂੰ ਕੈਮਰਾ ਜਿਹੜਾ ਹੈਗਾ ਜੀ ਪੌਦਿਆਂ ਵੱਲ ਕਰਕੇ ਦਿਖਾਉਣਾ ਕਿ ਕਿਹੋ ਜਿਹੀਆਂ ਸਮੱਸਿਆ ਜਿਹੜੀਆਂ ਸਾਨੂੰ ਇਹ ਤੁਸੀਂ ਦੇਖ ਸਕਦੇ ਹੋ ਜੀ, ਜਿਹੜੀਆਂ ਇਹ ਜਿਹੜੀ ਪ੍ਰੋਬਲਮ ਆਈ ਹੈ ਜੀ, ਇਹ ਜਿਹੜੇ ਪੱਤੇ ਆ ਉਹ ਖਰਾਬ ਹੋ ਗਏ ਆ ਜੀ। ਤਾਂ ਜਿਹੜੀ ਸਟੈਮ ਹੈ ਥੱਲੇ ਤੱਕ ਤੁਸੀਂ ਦੇਖ ਲਓ, ਇਸ ਤਰ੍ਹਾਂ ਦੀ ਇਹ ਦਿੱਕਤ ਆਉਂਦੀ ਆ। ਸਿਰਫ ਟਮਾਟਰ ਨੂੰ ਹੀ ਮੇਰੇ ਨੂੰ ਪ੍ਰੋਬਲਮ ਆਈ ਹੈ ਜੀ, ਹੋਰ ਕਿਸੇ ਚੀਜ਼ ਨੂੰ ਕੋਈ ਦਿੱਕਤ ਨਹੀਂ ਹੈਗੀ। ਤਾਂ ਇਸ ਦੀ ਫਲਾਵਰਿੰਗ ਵੀ ਤੁਸੀਂ ਦੇਖ ਸਕਦੇ ਹੋ ਜੀ, ਸ਼ੁਰੂ ਹੋ ਚੁੱਕੀ ਹੈ। ਇਹ ਸਿਰਫ ਉਹਨਾਂ ਬੂਟਿਆਂ ਨੂੰ ਹੀ ਹੈ ਜਿਹੜੇ ਬੂਟੇ ਕੁਝ ਕਮਜ਼ੋਰ ਆ, ਬਾਕੀ ਸਭ ਜਿਹੜੇ ਉਹ ਬਹੁਤ ਵਧੀਆ ਚੱਲ ਰਹੇ ਜੀ। ਇਸ ਟ੍ਰਾਈਕੋਡਰਮਾ ਦੇ ਸੂਡੋਮੋਨਾਸ ਦੀ ਜਿਹੜੀ ਸਪਰੇਅ ਹੈ ਉਹ ਮੈਂ ਕਰ ਰਿਹਾ ਜੀ, 48 ਘੰਟੇ ਮਤਲਬ ਪਹਿਲਾਂ ਉਹ ਮੈਂ ਰੱਖਿਆ ਹੋਇਆ ਸੀ।
ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਸਤਿ ਸ਼੍ਰੀ ਅਕਾਲ।